ਅੱਜ ਦਾ ਜਿਹੜਾ ਪਰਪਾ ਹੈ ਉਹ ਤੁਹਾਨੂੰ ਖਾਣ ਵਾਸਤੇ ਕਿਉਂਕਿ ਲੈਣੋ ਦਾ ਰਿਜ਼ਲਟ ਕਿਵੇਂ ਆਉਂਦਾ, ਕਿਵੇਂ ਕਦੋਂ ਆਪਾਂ ਕਰਨੀ ਚਾਹੀਦੀ ਹੈ, ਕਿਸ ਵੇਲੇ ਕਰਨੀ ਚਾਹੀਦੀ ਹੈ, ਕੀ ਦਵਾਈ ਕਰਨੀ ਹੈ? ਇਹ ਦੇਖੋ ਆਪਾਂ ਸਾਰੇ ਜਿੱਥੇ ਲੈਣੋ ਆਪਾਂ ਪਾਈ ਆ ਉੱਥੇ ਪੱਤਾ ਪੂਰਾ ਸਾਫ਼ ਹੈ, ਕੇਸ ਵੀ ਆਪਾਂ ਪੂਰਾ ਦਿਖਾਵਾਂਗੇ ਜਿੱਥੇ ਲੈਣੋ ਪਈ ਹੋਈ ਹੈ 8 ਕਿੱਲਿਆਂ ਦੇ ਵਿੱਚ ਕਰਦੇ ਪਾਈ ਹੋਈ ਤਾਂ ਇਹ ਪੱਤਾ ਜਿੱਥੇ ਲੈਣੋ ਨਹੀਂ ਦਵਾਈ ਪਈ ਉੱਥੇ ਪੂਰਾ ਕਾਲਾ ਪੱਤਾ ਹੋ ਗਿਆ। ਇੱਧਰ ਬੂਟੇ ਵੀ ਆਪਾਂ ਦਿਖਾ ਸਕਦੇ, ਆ ਜਾਓ ਇੱਧਰ ਬੂਟੇ ਦੇਖੋ, ਆਓ ਆ ਜਾਓ ਆ ਜਾਓ ਆ ਜਾਓ। ਇਹ ਉਹ ਬੂਟਾ ਹੈ ਜਿੱਥੇ ਜਿੱਧਰ ਦਵਾਈ ਨਹੀਂ ਪਈ, ਇਹ ਪੋਜੀਸ਼ਨ ਹੈ। ਇੱਥੇ ਕੋਈ ਵੀ ਦਵਾਈ ਮਤਲਬ ਹੋਈਆਂ ਨੇ ਦਵਾਈਆਂ, ਬਹੁਤ ਸਾਰੀ ਦਵਾਈਆਂ ਹੋਈਆਂ ਨੇ ਦੂਜੀਆਂ, ਕੋਈ ਰੋਬੋਰ ਹੈ, ਸਿਟਾ ਹੈ, ਡਾਇਫੈਂਥੁਰਾਨ, ਉੱਥੇ ਇਹ ਪੋਜੀਸ਼ਨ ਹੈ। ਪਰ ਜਿੱਥੇ ਲੈਨੋ ਦਵਾਈ ਸਪਰੇਅ ਕੀਤੀ ਹੈ ਉੱਥੇ ਇਹ ਪੋਜੀਸ਼ਨ ਹੈ। ਦੇਖੋ ਦੇਖੋ ਇਹ ਦੇਖੋ ਇੱਥੇ ਫੁੱਲਬੁੱਡੀ ਟਿੰਡਾ ਕੋਈ ਵੀ ਪੱਤਾ ਇੱਥੇ ਕਾਲਾ ਨਹੀਂ ਹੈ, ਠੀਕ ਹੈ। ਇੱਥੇ ਕੋਈ ਵੀ ਪੱਤਾ ਸਾਫ਼, ਇਹ ਫਰਕ ਹੈ ਜਿੱਥੇ ਆਪਾਂ ਲੈਨੋ ਦਵਾਈ ਪਾਈ। ਹੁਣ ਆਪਾਂ ਖੇਤ 'ਤੇ ਚੱਲਦੇ ਹਾਂ, ਉੱਥੇ ਆਪਾਂ ਦਿਖਾਉਂਦੇ ਹਾਂ ਖੇਤ ਦੇ ਵਿੱਚ ਕਿ ਬਈ ਬਾਕੀ ਚੀਜ਼ ਹੈ ਕਿ ਨਹੀਂ, ਕੀ ਹੈ। ਆਓ।